ਦਿਲਜੀਤ ਦੋਸਾਂਝ ਕੋਚੀਲਾ ਦੇ ਵਿੱਚ ਆਪਣੀ ਪਰਫਾਰਮੈਂਸ ਦੇ ਕੇ ਹਟਿਆ ਅਤੇ ਜਦੋਂ ਉਸ ਦੀ ਨਿਗਾਹ ਇੱਕ ਲੜਕੀ 'ਤੇ ਪਈ ਜੋ ਕਿ ਇੰਡੀਅਨ ਫਲੈਗ ਨੂੰ ਝਲਾ ਰਹੀ ਸੀ ਉੱਥੇ, ਤਾਂ ਦਿਲਜੀਤ ਦੋਸਾਂਝ ਨੇ ਉਸ ਨੂੰ ਕੀ ਕਿਹਾ? ਪਹਿਲਾਂ ਤੁਸੀਂ ਉਹ ਵੀਡੀਓ ਨੂੰ ਦੇਖੋ। ਆਓ ਮੇਰੇ ਦੇਸ਼ ਦਾ ਝੰਡਾ ਚੱਕ ਖੜੀ ਹੈ ਕੁੜੀ, ਇਹ ਮੇਰੇ ਦੇਸ਼ ਲਈ। ਮਿਊਜ਼ਿਕ ਸਭ ਦਾ ਸਾਂਝਾ, ਮਿਊਜ਼ਿਕ ਕਿਸੇ ਇੱਕ ਦਾ ਨਹੀਂ, ਸੋ ਨੈਗੇਟਿਵਿਟੀ ਤੋਂ ਬਚਾ ਕਰੋ ਪਲੀਜ਼। ਬਟ ਦਿਲਜੀਤ ਦੋਸਾਂਝ ਦੀ ਇਸ ਗੱਲ ਨੂੰ ਲੋਕਾਂ ਨੇ ਚੇਂਜ ਕਰਕੇ ਤੋੜ ਮੋੜ ਕੇ ਇੰਟਰਨੈਟ ਦੇ ਉੱਪਰ ਪੇਸ਼ ਕਰ ਦਿੱਤਾ, ਜਿਸ ਦੇ ਵਿੱਚ ਉਹਨਾਂ ਨੇ ਟਾਈਟਲ ਵਗੈਰਾ ਕੁਝ ਇਸ ਤਰੀਕੇ ਨਾਲ ਪਾਤੇ ਜਿੱਦਾਂ ਦਿਲਜੀਤ ਦੋਸਾਂਝ ਕਹਿ ਰਿਹਾ ਹੋਵੇ ਵੀ ਉਹ ਕੁੜੀ ਮੇਰਾ ਦੇਸ਼ ਦਾ ਝੰਡਾ ਲਈ ਫਿਰਦੀ ਹੈ, ਇਹ ਮੇਰਾ ਦੇਸ਼ ਨਹੀਂ, ਜਾਂ ਦਿਲਜੀਤ ਦੋਸਾਂਝ ਨੇ ਝੰਡੇ ਨੂੰ ਨੀਚੇ ਕਰਨ ਲਈ ਕਹਿ ਦਿੱਤਾ। ਈਵਨ ਕਿ ਕੁਝ ਬਲੂ ਟਿਕ ਮਾਰਕਸ ਵਾਲੇ ਪਰਸਨ ਨੇ ਵੀ ਦਿਲਜੀਤ ਦੋਸਾਂਝ ਦੀ ਉਂਗਲ ਚੱਕੀ ਕਿ ਜੇਕਰ ਉਹ ਉੱਥੇ ਇੰਡੀਆ ਦਾ ਝੰਡਾ ਝੁਲਾ ਰਹੀ ਸੀ ਤਾਂ ਤੈਨੂੰ ਉਹ ਝੰਡਾ ਕਿਉਂ ਇਰੀਟੇਟ ਕਰ ਰਿਹਾ ਸੀ। ਸੋ ਇਸ ਚੀਜ਼ ਦੇ ਨਾਲ ਦਿਲਜੀਤ ਦੋਸਾਂਝ ਨੂੰ ਹੇਟ ਮਿਲਣ ਲੱਗ ਗਈ ਸੀ ਅਤੇ ਇਸ ਚੀਜ਼ ਦੀ ਕਲੈਰਿਟੀ ਦਿੰਦੇ ਹੋਏ ਦਿਲਜੀਤ ਨੇ ਇੱਕ ਟਵੀਟ ਕਰ ਦਿੱਤਾ ਜਿਸ ਦੇ ਵਿੱਚ ਉਸਨੇ ਲਿਖਿਆ, ਫੇਕ ਨਿਊਜ਼ ਅਤੇ ਨੈਗੇਟਿਵਿਟੀ ਨਾ ਫੈਲਾਓ, ਮੈਂ ਕਿਹਾ ਇਹ ਮੇਰੇ ਦੇਸ਼ ਦਾ ਝੰਡਾ ਹੈ, ਇਹ ਮੇਰੇ ਦੇਸ਼ ਲਈ, ਮੀਨਸ ਮੇਰੀ ਇਹ ਪਰਫਾਰਮੈਂਸ ਮੇਰੇ ਦੇਸ਼ ਲਈ। ਜੇ ਪੰਜਾਬੀ ਨਹੀਂ ਆਉਂਦੀ ਤਾਂ ਗੂਗਲ ਕਰ ਲਿਆ ਕਰੋ ਯਾਰ, ਕਿਉਂਕਿ ਕੋਚੀਲਾ ਇੱਕ ਬਿਗ ਮਿਊਜ਼ੀਕਲ ਫੈਸਟੀਵਲ ਆ, ਉੱਥੇ ਹਰ ਦੇਸ਼ ਤੋਂ ਲੋਕ ਆਉਂਦੇ ਨੇ, ਡੈਟਸ ਇਟ। ਹੁਣ ਇੱਥੇ ਮਿਸਅੰਡਰਸਟੈਂਡਿੰਗ ਆਪਣੇ ਲੋਕਾਂ ਨੂੰ ਕੀ ਹੋਈ? ਜਿੱਥੇ ਦਿਲਜੀਤ ਦੋਸਾਂਝ ਕਹਿ ਰਿਹਾ ਇਹ ਮੇਰੇ ਦੇਸ਼ ਲਈ, ਤਾਂ ਉੱਥੇ ਲੋਕਾਂ ਨੂੰ ਸੁਣ ਗਿਆ ਕਿ ਇਹ ਮੇਰਾ ਦੇਸ਼ ਨਹੀਂ। ਸੋ ਪੰਜਾਬੀ ਬਹੁਤ ਹੀ ਵਧੀਆ ਲੈਂਗੁਏਜ ਵੀ ਆ ਅਤੇ ਟਿਪੀਕਲ ਵੀ, ਹਰ ਗੱਲ ਦੇ ਦੋ ਮਤਲਬ ਹੀ ਨਿਕਲਦੇ ਨੇ, ਲੇਕਿਨ ਇੱਥੇ ਉਹ ਇੱਕ ਸਟੇਜ 'ਤੇ ਖੜ੍ਹੇ ਹੋਣ ਮਾਈਕ ਦੇ ਵਿੱਚ ਆਵਾਜ਼ ਗੂੰਜਣ ਦੇ ਕਾਰਨ ਤੁਹਾਨੂੰ ਲਈ ਨਹੀਂ ਸੁਣ ਗਿਆ। ਅਤੇ ਈਵਨ ਕਿ ਦਿਲਜੀਤ ਦੋਸਾਂਝ ਨੇ ਕਿਤੇ ਵੀ ਇੱਦਾਂ ਨਹੀਂ ਕਿਹਾ ਕਿ ਤੁਸੀਂ ਝੰਡੇ ਨੂੰ ਨੀਚੇ ਕਰ ਦਿਓ ਜਾਂ ਉੱਦਾਂ ਇਹਨੂੰ ਨਾ ਚਲਾਓ ਜਾਂ ਉਹ ਜੇ ਵੋ, ਬਟ ਗੱਲ ਉਹੀ ਆ ਕਿ ਹਰ ਚੀਜ਼ ਨੂੰ ਵਧਾ ਚੜ੍ਹਾ ਕੇ ਨੈਗੇਟਿਵਿਟੀ ਛੇਤੀ ਫੈਲਦੀ ਆ ਪੋਜ਼ਿਟਿਵਿਟੀ ਨਾਲੋਂ। ਮਿਊਜ਼ਿਕ ਵਾਕਈ ਸਭ ਦਾ ਸਾਂਝਾ ਵਾ। ਜੇਕਰ ਡਰੇਕ ਜਸਟਿਨ ਬੀਬਰ ਹੁਣੀ ਕਹਿ ਦੇਣ ਕਿ ਸਾਡਾ ਇੰਗਲਿਸ਼ ਮਿਊਜ਼ਿਕ ਇਕੱਲਾ ਉਹਨਾਂ ਦੇ ਦੇਸ਼ਾਂ ਦੇ ਵਿੱਚ ਵੱਜੇ, ਇੰਡੀਆ ਦੇ ਲੋਕਾਂ ਨੂੰ ਨਾ ਸੁਣ ਦਿੱਤਾ ਜਾਵੇ, ਤਾਂ ਇਸ ਚੀਜ਼ ਦੇ ਨਾਲ ਇੰਡੀਆ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਣਾ, ਪਰ ਉਹ ਲੋਕ ਇੰਨੇ ਵੱਡੇ ਨਹੀਂ ਬਣ ਪਾਉਂਦੇ। ਉਸੇ ਤਰੀਕੇ ਨਾਲ ਆਪਣੇ ਆਰਟਿਸਟ ਜੇ ਬਾਹਰ ਦੇ ਮੁਲਕਾਂ ਦੇ ਵਿੱਚ ਜਾ ਕੇ ਪਰਫਾਰਮ ਕਰ ਰਹੇ ਨੇ ਡਿਫਰੈਂਟ ਆਡੀਅੰਸ ਦੇ ਸਾਹਮਣੇ, ਤਾਂ ਇਹਦੇ ਵਿੱਚ ਬੁਰਾਈ ਕੀ ਆ? ਰੀਪ੍ਰਜੈਂਟ ਤਾਂ ਆਪਣਾ ਹੀ ਹੋ ਰਿਹਾ ਵਾ ਨਾ। ਸੋ ਬਾਕੀ ਅੱਜ ਦੇ ਲਈ ਇੰਨਾ ਹੀ, ਧੰਨਵਾਦ।